ਪਰ ਮੁਕੇਰੀਆਂ ਤੋਂ ਇਹ ਵੱਡੀ ਖਬਰ ਹੈ। ਕੱਲ੍ਹ ਜੋ ਪੁਲਿਸ ਦੀ ਨਾਲ ਐਨਕਾਊਂਟਰ ਹੋਇਆ ਸੀ, ਜਿਸ ਵੇਲੇ ਇਹ ਚਲਾ ਕੇ ਗੋਲੀਆਂ ਚਲਾ ਕੇ ਚਲਾ ਗਿਆ ਸੀ, ਤਾਂ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੀ ਪੈੜ ਨਾ ਪਈ ਸੀ। ਔਰ ਸਾਡੇ ਕੋਲ ਇਹ ਜਾਣਕਾਰੀ ਹੈ ਪੁਖਤਾ ਸੂਤਰਾਂ ਤੋਂ ਕਿ ਰਾਣਾ ਮਨਸੂਰਪੁਰੀਆ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ, ਉਸਨੂੰ ਐਨਕਾਊਂਟਰ ਦੇ ਵਿੱਚ ਮਾਰ ਗਿਰਾਇਆ ਹੈ। ਪੁਲਿਸ ਨੇ ਰਾਣਾ ਮਨਸੂਰਪੁਰੀਆ ਨੂੰ ਇਸ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਹੈ ਔਰ 24 ਘੰਟੇ ਨਹੀਂ ਹੋਏ ਹਲੇ ਇਸ ਵਾਰਦਾਤ ਨੂੰ, ਇਸ ਜੋ ਕੱਲ੍ਹ ਘਟਨਾ ਵਾਪਰੀ ਸੀ। ਔਰ ਇਸ ਘਟਨਾ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਸਿਪਾਹੀ, ਇੱਕ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਜਾਨ ਚਲੀ ਗਈ ਸੀ। ਅੱਜ ਪੂਰੇ ਗਮਗੀਨ ਮਾਹੌਲ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਅੰਮ੍ਰਿਤਪਾਲ ਸਿੰਘ ਦਾ। ਔਰ ਉਸ ਤੋਂ ਬਾਅਦ ਪੁਲਿਸ ਦੀ ਇਹ ਲਗਾਤਾਰ ਕੋਸ਼ਿਸ਼ ਸੀ ਕਿ ਰਾਣਾ ਮਨਸੂਰਪੁਰੀਆ ਨੂੰ ਲੱਭਿਆ ਜਾਵੇ ਔਰ ਉਸ ਨੂੰ ਉਸਦੇ ਕੀਤੇ ਦੀ ਸਜ਼ਾ ਦਿੱਤੀ ਜਾਵੇ। ਸੋ ਇੱਕ ਚੀਜ਼ ਪੁਲਿਸ ਨੇ ਹੋਰ ਸਪਸ਼ਟ ਕੀਤੀ ਹੈ ਇਸ ਘਟਨਾ ਤੋਂ ਬਾਅਦ ਕਿ ਪੁਲਿਸ 'ਤੇ ਅਟੈਕ ਜਿਹੜਾ ਹੈ ਉਹ ਵਰਦੀ 'ਤੇ ਅਟੈਕ ਪੁਲਿਸ ਬਰਦਾਸ਼ਤ ਨਹੀਂ ਕਰੇਗੀ। ਤਾਂ 24 ਘੰਟਿਆਂ ਤੋਂ ਪਹਿਲਾਂ ਇਹ ਖਬਰ ਹੈ ਕਿ ਐਨਕਾਊਂਟਰ ਕਰ ਦਿੱਤਾ ਗਿਆ ਹੈ, ਇਸ ਐਨਕਾਊਂਟਰ ਦੇ ਵਿੱਚ ਉਸਨੂੰ ਮਾਰ ਗਿਰਾਇਆ ਗਿਆ ਹੈ। ਇਹ ਪੁਖਤਾ ਸੂਤਰਾਂ ਤੋਂ ਖਬਰਾਂ ਨੇ। ਥੋੜ੍ਹੀ ਦੇਰ ਦੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਬਾਰੇ ਗੱਲਬਾਤ ਵੀ ਕਰਨਗੇ ਕਿ ਰਾਣਾ ਮਨਸੂਰਪੁਰੀਆ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਸੋ ਸਾਡੇ ਸਹਿਯੋਗੀ ਲਗਾਤਾਰ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਨੇ ਔਰ ਅਸੀਂ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਜੋ ਕੱਲ੍ਹ ਇਹ ਪੂਰਾ ਘਟਨਾਕ੍ਰਮ ਵਾਪਰਿਆ ਸੀ ਉਸਦਾ ਜਿਹੜਾ ਨਤੀਜਾ ਹੈ ਉਹ ਪੁਲਿਸ ਨੇ 24 ਘੰਟਿਆਂ ਦੇ ਵਿੱਚ ਦਿੱਤਾ ਹੈ, 24 ਘੰਟਿਆਂ ਤੋਂ ਪਹਿਲਾਂ ਦਿੱਤਾ ਹੈ, ਜਿਸ ਦੇ ਵਿੱਚ ਇੱਕ ਪੁਲਿਸ ਦੇ ਸੀਨੀਅਰ ਕਾਂਸਟੇਬਲ ਦੀ ਡੈਥ ਹੋ ਗਈ ਸੀ ਔਰ ਉਸਦੀ ਪੈੜ ਨੱਪਦੇ ਹੋਏ, ਰਾਣਾ ਮਨਸੂਰਪੁਰੀਆ ਦੀ ਪੈੜ ਨੱਪਦੇ ਹੋਏ ਜਿਹੜਾ ਹੈ ਪੁਲਿਸ ਨੇ ਇਸ ਰਾਣਾ ਮਨਸੂਰਪੁਰੀਆ ਨੂੰ ਇੱਕ ਐਨਕਾਊਂਟਰ ਦੇ ਵਿੱਚ ਮਾਰ ਗਿਰਾਇਆ ਹੈ। ਇਹ 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 ਤਾਜ਼ਾ ਜਿਹੜੀ ਹੈ ਅਪਡੇਟ ਹੈ ਕਿ ਗੈਂਗਸਟਰ ਰਾਣਾ ਮਨਸੂਰਪੁਰੀਆ ਦੀ ਮੌਤ ਹੋ ਗਈ ਹੈ ਔਰ ਪੁਲਿਸ ਦੇ ਨਾਲ ਉਸਦੀ ਮੁਕੇਰੀਆਂ ਦਾ ਜਿਹੜਾ ਇਲਾਕਾ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਦਾ ਹੋਇਆ ਜੋ ਮੁਕੇਰੀਆਂ ਨੂੰ ਟੱਚ ਕਰਦਾ, ਜਿਸ ਬਾਰੇ ਅੱਜ ਪੂਰਾ ਦਿਨ ਸਰਚ ਆਪਰੇਸ਼ਨ ਵੀ ਪੁਲਿਸ ਦਾ ਚੱਲ ਰਿਹਾ ਸੀ, ਉਸ ਇਲਾਕੇ ਦੇ ਵਿੱਚ ਪੁਲਿਸ ਪਹੁੰਚੀ। ਇੱਕ CCTV ਬਾਰੇ ਜਾਣਕਾਰੀ ਆਈ ਕਿ ਇੱਕ ਪੈਟਰੋਲ ਪੰਪ ਤੋਂ ਉਹ ਤੇਲ ਭਰਵਾਉਂਦਾ ਦੇਖਿਆ ਗਿਆ, ਇੱਕ ਬਾਈਕ 'ਤੇ ਸਵਾਰ ਸੀ, ਤਾਂ ਪੁਲਿਸ ਦੀਆਂ ਟੀਮਾਂ ਤੁਰੰਤ ਐਕਸ਼ਨ ਦੇ ਵਿੱਚ ਆਈਆਂ ਜਿਹੜੀਆਂ ਉਸਨੂੰ ਲੱਭ ਰਹੀਆਂ ਸੀ ਔਰ ਰਾਣਾ ਮਨਸੂਰਪੁਰੀਆ ਨੂੰ ਘੇਰ ਕੇ ਉਸਦਾ ਐਨਕਾਊਂਟਰ ਕਰ ਦਿੱਤਾ ਗਿਆ। ਛੋਟਾ ਪੰਗਾਲਾ ਜਿਹੜਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਰਾਣਾ ਮਨਸੂਰਪੁਰੀਆ ਨੂੰ ਘੇਰਾ ਪਾਇਆ ਗਿਆ। ਮੌਕੇ 'ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਨੇ, ਹਾਲਾਂਕਿ ਉਸ ਐਨਕਾਊਂਟਰ ਵਾਲੀ ਜਗ੍ਹਾ 'ਤੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜਿਹੜਾ ਹੈ ਉੱਥੇ 300 ਮੀਟਰ ਤੱਕ ਬੈਰੀਕੇਡਿੰਗ ਕੀਤੀ ਗਈ ਹੈ, ਪੁਲਿਸ ਕਿਸੇ ਨੂੰ ਵੀ ਨਜ਼ਦੀਕ ਨਹੀਂ ਜਾਣ ਦੇ ਰਹੀ। ਥੋੜ੍ਹੀ ਦੇਰ ਦੇ ਵਿੱਚ ਇਸ ਬਾਰੇ ਸਪਸ਼ਟ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆ ਜਾਏਗੀ, ਪਰ ਪੁਖਤਾ ਸੋਰਸਿਸ ਤੋਂ ਇਹ ਖਬਰਾਂ ਨੇ ਕਿ ਰਾਣਾ ਮਨਸੂਰਪੁਰੀਆ ਨੂੰ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਹੈ। ਉਹ ਰਾਣਾ ਮਨਸੂਰਪੁਰੀਆ, ਉਹ ਗੈਂਗਸਟਰ ਜਿਸ ਨੇ ਕੱਲ੍ਹ ਪੁਲਿਸ ਦੇ ਇੱਕ ਨੌਜਵਾਨ ਜਿਹੜਾ ਕਾਂਸਟੇਬਲ ਹੈ ਉਸ 'ਤੇ ਗੋਲੀ ਚਲਾਈ ਸੀ, ਗੋਲੀ ਉਸਦੀ ਛਾਤੀ ਦੇ ਵਿੱਚ ਲੱਗੀ ਸੀ ਔਰ ਹਸਪਤਾਲ ਦੇ ਵਿੱਚ ਉਸਦੀ ਮੌਤ ਹੋ ਗਈ ਸੀ। ਇਹ ਤਸਵੀਰ ਹੈ ਉਸ ਪੈਟਰੋਲ ਪੰਪ ਦੀ ਜਿੱਥੇ ਬਾਈਕ 'ਤੇ ਰਾਣਾ ਮਨਸੂਰਪੁਰੀਆ ਨੂੰ ਦੇਖਿਆ ਗਿਆ ਔਰ ਇੱਕ ਸ਼ਖਸ ਹੋਰ ਉਸਦੇ ਨਾਲ ਨਜ਼ਰ ਆ ਰਿਹਾ ਇਸ ਤਸਵੀਰ ਦੇ ਵਿੱਚ। ਸੁਖਵਿੰਦਰ ਸਿੰਘ ਇਸ ਸ਼ਖਸ ਦਾ ਨਾਂ ਹੈ, ਸੁਖਵਿੰਦਰ ਸਿੰਘ ਉਰਫ ਰਾਣਾ ਮਨਸੂਰਪੁਰੀਆ ਇਸ ਨੂੰ ਕਿਹਾ ਜਾਂਦਾ ਹੈ। ਸੋ ਰਾਣਾ ਮਨਸੂਰਪੁਰੀਆ ਦਾ ਐਨਕਾਊਂਟਰ ਕਰ ਦਿੱਤਾ ਗਿਆ। ਇੱਕ ਵਾਰੀ ਫਿਰ ਵਿਜੇ ਸਲਾਰੀਆ ਦਾ ਰੁੱਖ ਕਰਦੇ ਹਾਂ ਸਾਡੇ ਸਹਿਯੋਗੀ ਵਿਜੇ, ਪੁਖਤਾ ਸੋਰਸਿਸ ਤੋਂ ਖਬਰਾਂ ਆ ਰਹੀਆਂ ਨੇ ਕਿ ਰਾਣਾ ਮਨਸੂਰਪੁਰੀਆ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਜੀ ਵਿਜੇ, ਬਿਲਕੁਲ ਬਿਲਕੁਲ, ਇਸ ਟਾਈਮ ਜੋ ਪੂਰਾ ਹੈਗਾ ਕਿ ਰਾਣਾ ਮਨਸੂਰਪੁਰੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਅਤੇ ਉਸਦੀ ਜਿਹੜੀ ਆਪਾਂ ਕਹਿ ਸਕਦੇ ਕਿ ਉਸਦੀ ਬੋਡੀ ਜਿਹੜੀ ਇਸ ਵਕਤ ਦੱਸਿਆ ਜਾ ਰਿਹਾ ਕਿ ਪੰਗਾਲੇ ਦੇ ਵਿੱਚ ਹੀ ਪਈ ਅਤੇ
SSP ਹੁਸ਼ਿਆਰਪੁਰ ਵੱਲੋਂ ਕਿ ਉਹਨਾਂ ਦੀ ਵੀ ਟੀਮ ਉੱਥੋਂ ਆ ਰਹੀ ਹੈ ਔਰ ਇਸ ਵਕਤ ਪੂਰਾ ਜੋ ਆਪਾਂ ਕਹਿ ਸਕਦੇ ਹਾਂ ਕਿ ਪੂਰਾ ਇੱਥੇ ਇੱਕ ਨਾਕਾਬੰਦੀ ਕੀਤੀ ਗਈ ਹੈ ਬਿਲਕੁਲ ਹੀ ਜੋ ਕਿ ਜਿੱਥੇ ਕਿ ਉਹ ਆਪਣੇ ਕਹਿ ਸਕਦੇ ਕਿ ਰਾਣਾ ਮਨਸੂਰਪੁਰੀਆ ਦਾ ਜਿੱਥੇ ਜਗ੍ਹਾ ਤੇ ਐਨਕਾਊਂਟਰ ਹੋਇਆ ਉਸ ਜਗ੍ਹਾ ਤੇ ਔਰ ਇਸ ਆਪਾਂ ਕਹਿ ਸਕਦੇ ਕਿ ਇਲਾਕੇ ਨੂੰ ਪੂਰਾ ਇੱਕ ਤਰ੍ਹਾਂ ਦਾ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਜੀ। ਤੇ ਹੁਣ ਤੁਸੀਂ ਉਸ ਜਗ੍ਹਾ ਤੇ ਗਏ ਹੋ ਵਿਜੇ, ਕਿੰਨੀ ਕੁ ਉੱਥੇ ਸਿਕਿਉਰਿਟੀ ਹੈ, ਕਿੰਨਾ ਕੁ ਉਸ ਇਲਾਕੇ ਨੂੰ ਕਾਰਡਨ ਆਫ ਕੀਤਾ ਗਿਆ? ਜੀ ਬਿਲਕੁਲ, ਅਸੀਂ ਉਸੇ ਜਗ੍ਹਾ ਤੇ ਗਰਾਊਂਡ ਜ਼ੀਰੋ ਤੇ ਉਪਸਥਿਤ ਹੈਗੇ ਹਾਂ, ਮੌਜੂਦ ਹੈ ਤੇ ਇਸ ਵਕਤ ਇੱਥੇ ਕਾਫੀ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਜੂਦ ਨੇ ਹੈ ਤੇ ਔਰ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਖਾਸ ਕਰ ਜਿਹੜਾ ਹਾਈਵੇ, ਨੈਸ਼ਨਲ ਹਾਈਵੇ ਹੈ ਬਿਲਕੁਲ ਹਾਈਵੇ ਜੋ ਪੰਗਾਲਾ ਦੇ ਵਿੱਚ ਹੈਗਾ ਬਿਲਕੁਲ ਉਸਦੇ ਨਜ਼ਦੀਕ ਹੀ ਸੜਕ ਦੇ ਕਿਨਾਰੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਐਨਕਾਊਂਟਰ ਹੋਇਆ ਹੈ ਰਾਣਾ ਮਨਸੂਰਪੁਰੀਆ ਦਾ। ਸੋ ਕਿੰਨੀ ਕੁ ਦੇਰ ਦੇ ਵਿੱਚ ਪੁਲਿਸ ਇਸ ਬਾਰੇ ਕਨਫਰਮੇਸ਼ਨ ਕਰ ਸਕਦੀ ਹੈ, ਸੀਨੀਅਰ ਅਧਿਕਾਰੀ ਜਿਹੜੇ ਜੀ SSP ਹੁਸ਼ਿਆਰਪੁਰ ਇਸੇ ਮੌਕੇ ਤੇ ਪਹੁੰਚਣ ਹੀ ਵਾਲੇ ਹੈ ਤੇ ਉਸ ਤੋਂ ਬਾਅਦ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਜਿਹੜੀ ਜਾਣਕਾਰੀ ਹੈ ਉਹ ਵਿਸਤਾਰ ਨਾਲ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਜਿਹੜਾ ਸਾਰਾ ਹੋਇਆ ਹੈ ਮਾਮਲਾ।